ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਸ਼ਿਆਰਪੁਰ ਵਿਖੇ ਸੋਨਾਲਿਕਾ ਗਰੁੱਪ ਵੱਲੋਂ ਤਿਆਰ ਦੁਨੀਆ ਦੇ ਸਭ ਤੋਂ ਵੱਡੇ ਟਰੈਕਟਰ ਮੈਨੂਫੈਕਚਰਿੰਗ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਦਾ ਸਵਾਗਤ ਸੋਨਾਲਿਕਾ ਗਰੁੱਪ ਦੇ ਚੇਅਰਮੈਨ ਸ਼੍ਰੀ ਐਲ ਡੀ ਮਿੱਤਲ, ਸੋਨਾਲਿਕਾ ਗਰੁੱਪ ਦੇ ਉਪ ਚੇਅਰਮੈਨ ਸ਼੍ਰੀ ਅੰਮ੍ਰਿਤ ਸਾਗਰ ਮਿੱਤਲ, ਮੈਨੇਜਿੰਗ ਡਾਇਰੈਕਟਰ ਸ਼੍ਰੀ ਦੀਪਕ ਮਿੱਤਲ ਵੱਲੋਂ ਕੀਤਾ ਗਿਆ। ਸਾਡੀ ਟੀਮ ਵੱਲੋਂ ਦੁਨੀਆ ਦੇ ਸਭ ਤੋਂ ਵੱਡੇ ਟਰੈਕਟਰ ਮੈਨੂਫੈਕਚਰਿੰਗ ਪਲਾਂਟ ਦਾ ਦੌਰਾ ਕੀਤਾ ਗਿਆ ਅਤੇ ਇੱਥੋਂ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਇਸਤੇਮਾਲ ਤਕਨੀਕ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੱਜ ਦਾ ਦਿਨ ਸਾਡੇ ਲਈ ਬੜਾ ਸ਼ੁਭ ਦਿਨ ਹੈ ਕਿ ਸਾਡੇ ਆਨਰੇਬਲ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਨਾਲ ਨੇ, ਉਹ ਅੱਜ ਸਾਡੇ ਪਲਾਂਟ ਦਾ ਫਾਰਮਲ ਇਨੋਗਰੇਸ਼ਨ ਕਰਨ ਆਏ ਨੇ। ਇਹ ਪਲਾਂਟ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਮੈਨੂਫੈਕਚਰਿੰਗ ਪਲਾਂਟ ਹੈ ਨੰਬਰਸ ਵਾਈਜ਼। ਇਹ 20 ਹੋਰਸ ਪਾਵਰ ਤੋਂ ਲੈ ਕੇ 120 ਹੋਰਸ ਪਾਵਰ ਦਾ ਟਰੈਕਟਰ ਜਿਹੜਾ ਕਿ ਅੱਜ ਦੀ ਰੇਂਜ ਦੇ ਵਿੱਚ ਹੈਗਾ ਸਾਡੇ ਕੋਲ, ਉਹ ਅਸੀਂ ਬਣਾ ਰਹੇ ਹੈਗੇ ਹਾਂ। ਕੋਈ ਵੀ ਟਰੈਕਟਰ, ਪਹਿਲਾ ਟਰੈਕਟਰ 20 ਦਾ ਵੀ ਹੋ ਸਕਦਾ, ਦੂਸਰਾ 120 ਦਾ ਵੀ, ਸੋ ਮਤਲਬ ਕੋਈ ਵੀ ਟਰੈਕਟਰ ਲਾਈਨ ਦੇ ਉੱਤੇ ਅਸੀਂ ਕਰ ਸਕਦੇ ਹਾਂ, ਬੈਚ ਅਸੈਂਬਲੀ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਬਹੁਤ ਮੋਸਟ ਮਾਡਰਨ ਪਲਾਂਟ ਹੈ। ਇਹਦੇ 'ਚ ਮਸ਼ੀਨਾਂ ਉਮਦਾ ਮਸ਼ੀਨਾਂ ਨੇ, ਪੇਂਟ ਸ਼ਾਪ ਅਸੀਂ ਪੂਰੀ ਵਰਲਡ ਕਲਾਸ ਪੇਂਟ ਸ਼ਾਪ ਲਗਾਈ ਹੈ, ਚੈਸਿਸ ਪੇਂਟ ਸ਼ਾਪ ਹੈ ਔਰ ਦੋ ਪਾਰਟਸ ਪੇਂਟ ਸ਼ਾਪ ਨੇ। ਰੋਬੋਟਿਕ ਪੇਂਟਿੰਗ ਹੁੰਦੀ ਹੈ ਚੈਸਿਸ ਦੀ। ਪਾਰਟਸ ਜਿਹੜੇ ਨੇ ਇਲੈਕਟ੍ਰੋ ਡਿਪੋਜ਼ੀਸ਼ਨ ਪ੍ਰੋਸੈਸ, ਜੋ ਬੈਸਟ ਕਾਰ ਇੰਡਸਟਰੀ ਵਿੱਚ ਯੂਜ਼ ਹੁੰਦਾ, ਅਸੀਂ ਉਹ ਲਗਾਇਆ ਹੈਗਾ। ਹਰ ਪਾਰਟ ਜਿਹੜਾ ਗੇਅਰ ਸ਼ਾਪ ਔਰ ਗੇਅਰਸ ਬਣਾਉਂਦੇ, ਉਹ ਵਾਸ਼ ਹੋ ਕੇ, ਅਸੈਂਬਲੀਆਂ ਵਾਸ਼ ਹੋ ਕੇ ਪਾਰਟਸ ਦੀ ਗੁਣਵੱਤਾ ਲਈ ਸਭ ਤੋਂ ਬਿਹਤਰੀ ਦੇ ਨਾਲ ਯੂਜ਼ ਹੁੰਦੇ ਨੇ। ਮਸ਼ੀਨਾਂ ਜਿਹੜੀਆਂ ਲਗਾਈਆਂ ਅਸੀਂ, ਉਹ ਵੀ ਇਸ ਤਰ੍ਹਾਂ ਹੈ ਕਿ ਜੇ ਓਪਰੇਸ਼ਨ ਬਾਈ ਚਾਂਸ ਕਿਸੇ ਓਪਰੇਟਰ ਤੋਂ ਕੋਈ ਗਲਤੀ ਵੀ ਹੋ ਜਾਏ ਤਾਂ ਮਸ਼ੀਨ ਰੁਕ ਜਾਂਦੀ ਹੈ। ਅਸੈਂਬਲੀ ਲਾਈਨ 'ਤੇ ਗਲਤੀ ਹੋ ਜਾਂਦੀ, ਅਸੈਂਬਲੀ ਰੁਕ ਜਾਂਦੀ ਹੈ। ਲੇਕਿਨ ਅਸੀਂ ਜਿਹੜੇ ਓਪਰੇਟਰਸ ਨੇ ਸਾਡੇ, ਅਸੀਂ ਉਹਨਾਂ ਨੂੰ ਪਹਿਲਾਂ ਟ੍ਰੇਨਿੰਗ ਦਿੰਦੇ ਹਾਂ। ਇੱਕ ਟ੍ਰੇਨਿੰਗ ਸਕੂਲ ਹੈ ਜਿਹਦਾ ਨਾਮ ਅਸੀਂ ਸੋਨਾਲਿਕਾ ਗੁਰੂਕੁਲ ਸਕੂਲ ਰੱਖਿਆ। ਉੱਥੇ ਸਾਰੇ ਨਵੇਂ ਲੜਕੇ ਔਰ ਜਿਹੜੇ ਵੀ ਕਰੰਟਲੀ ਉਹਨਾਂ ਦਾ ਸਟੇਸ਼ਨ ਕਿਸੇ ਦਾ ਚੇਂਜ ਹੋਣਾ ਹੈ ਤਾਂ ਅਸੀਂ ਉਹਨਾਂ ਨੂੰ ਉੱਥੇ ਪਹਿਲਾਂ ਸਿਖਾਉਂਦੇ ਹਾਂ। ਹੋਰ ਉਹਨਾਂ ਲਈ ਅਸੀਂ ਸਟੇਜ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਓਪਰੇਸ਼ਨ ਸੀਕੁਐਂਸ, ਓਪਰੇਸ਼ਨ ਸ਼ੀਟਸ, ਕੁਆਲਿਟੀ ਮੈਜ਼ਰਮੈਂਟ ਸਭ ਕੁਝ ਉਸ ਸਟੇਜ ਦੇ ਉੱਤੇ ਲਗਾਇਆ ਤਾਂ ਕਿ ਕਦੀ ਵੀ ਉਹ ਭੁੱਲ ਜਾਣ ਅਤੇ ਉਹਨੂੰ ਫਟਾਫਟ ਦੇਖ ਸਕਦੇ ਨੇ। ਇਸ ਤਰੀਕੇ ਨਾਲ ਓਪਰੇਟਰ ਕੁਆਲਿਟੀ ਬਣਾਉਂਦਾ, ਸਟੇਜ ਕੁਆਲਿਟੀ ਚੈੱਕ ਹੁੰਦੀ ਹੈ, ਹਰ ਐਗਰੀਗੇਟ ਦੇ ਐਂਡ ਦੇ ਉੱਤੇ ਕੁਆਲਿਟੀ ਚੈੱਕ ਹੁੰਦੀ ਹੈ ਔਰ ਫਿਰ ਫਾਈਨਲ ਟਰੈਕਟਰ ਦੀ ਵੀ ਕੁਆਲਿਟੀ ਚੈੱਕ ਹੁੰਦੀ ਹੈ। ਤਾਂ ਕੁਆਲਿਟੀ ਅਸੀਂ ਪ੍ਰੋਸੈਸ ਦੇ ਵਿੱਚ ਬਣਾਈ ਹੈ ਤਾਂ ਕਿ ਹਰ ਪ੍ਰੋਸੈਸ ਦੇ ਉੱਤੇ ਅਸੀਂ ਇੱਕ ਅੱਛਾ ਟਰੈਕਟਰ ਸਪਲਾਈ ਕਰ ਸਕੀਏ। ਸੀਨੀਅਰ ਮੈਨੇਜਰ ਬਿਜ਼ਨਸ ਐਕਸੀਲੈਂਸ ਨੇ ਗੁਰੂਕੁਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, ਅਸੀਂ ਸੋਨਾਲਿਕਾ ਦੇ ਵਿੱਚ ਗੁਰੂਕੁਲ ਦੇ ਵਿੱਚ ਜਿੰਨੇ ਵੀ ਨਵੇਂ ਓਪਰੇਟਰਸ ਆਉਂਦੇ ਹੈਗੇ ਆ, ਅਸੀਂ ਉਹਨਾਂ ਨੂੰ ਇਹ ਟ੍ਰੇਨਿੰਗ ਦਿੰਦੇ ਹੈਗੇ ਹਾਂ। ਅਸੀਂ ਉਹਨਾਂ ਨੂੰ ਸਮਝਾਉਂਦੇ ਹੈਗੇ ਹਾਂ ਵੀ ਸਾਡੀ ਜਿਹੜੀ ਕੁਆਲਿਟੀ ਪਾਲਿਸੀ ਆ ਕੰਪਨੀ ਦੀ ਉਹ ਕੀ ਹੈਗੀ ਆ, ਸਾਡੀ ਕੰਪਨੀ ਦੀ ਇਨਵਾਇਰਮੈਂਟ ਪਾਲਿਸੀ ਕੀ ਹੈਗੀ ਆ। ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਆਪਾਂ ਗਨ ਨੂੰ ਕਿੱਦਾਂ ਹੈਂਡਲ ਕਰਨਾ ਹੈਗਾ ਔਰ ਜਿਹੜਾ ਬੋਲਟ ਹੈਗਾ ਉਹਨੂੰ ਆਪਾਂ ਕਿੱਦਾਂ ਟਾਈਟ ਕਰਨਾ ਹੈਗਾ, ਨਟ ਨੂੰ ਕਿੱਦਾਂ ਟਾਈਟ ਕਰਨਾ ਹੈਗਾ, ਉਹਨਾਂ ਦੀ ਹੱਥ ਦੀ ਮੂਵਮੈਂਟਸ ਨੂੰ ਅਸੀਂ, ਉਹਨਾਂ ਦੀ ਸਪੀਡ ਨੂੰ ਅਸੀਂ ਲੈਫਟ ਐਂਡ ਰਾਈਟ ਦੋਨੇ ਹੱਥਾਂ ਦੀ ਮੂਵਮੈਂਟ ਨੂੰ ਫਾਸਟ ਕਰ ਦਿਆਂਗੇ। ਅਸੀਂ ਜਿੱਦਾਂ ਗੇਮਸ ਰੱਖੀਆਂ ਹੋਈਆਂ, ਰੋਪਸ ਵਾਲੀ ਗੇਮ ਹੈਗੀ ਆ, ਪੈਡਲਸ ਵਾਲੀ, ਪੈਟਰਨ ਵਾਲੀ ਗੇਮਸ ਹੈਗੀ ਆ, ਬੋਲਸ ਵਾਲੀ ਗੇਮ ਹੈਗੀ ਆ, ਅਸੀਂ ਉਹਨਾਂ ਨੂੰ ਇਹ ਦੱਸਦੇ ਹੈਗੇ ਹਾਂ ਵੀ 5S ਜੋ ਹੈਗਾ ਉਹ ਉਹਦੀ ਕੀ ਇੰਪੋਰਟੈਂਸ ਹੈਗੀ ਹੈ ਕੰਪਨੀ ਦੇ ਵਿੱਚ, ਆਪਾਂ 5S ਕਿਉਂ ਕਰਨਾ ਹੈਗਾ, ਅਸੀਂ ਘਰ ਦੇ ਬਾਰੇ ਐਗਜ਼ੈਂਪਲਸ ਦੇ ਕੇ ਸਮਝਾਉਂਦੇ ਹੈਗੇ ਹਾਂ। ਸੇਮ ਅਸੀਂ ਉਹਨਾਂ ਨੂੰ ਦੱਸਦੇ ਹੈਗੇ ਹਾਂ ਵੀ ਕਾਈਜ਼ਨ ਕੀ ਚੀਜ਼ ਹੈਗੀ ਆ, ਅਤੇ ਅਸੀਂ ਇੱਥੇ ਉਹਨਾਂ ਨੂੰ, ਸਾਡੇ ਕੋਲ ਜਿਹੜੀ ਡੈਕਸਟਰੀ ਹੈਗੀ ਆ ਬੇਸਿਕਲੀ ਇੱਕ ਪ੍ਰੈਕਟੀਕਲ ਟ੍ਰੇਨਿੰਗ ਰੂਮ ਹੈਗਾ, ਫਿਰ ਅਸੀਂ ਅਸੈਂਬਲੀ ਬਾਰੇ ਦੱਸਦੇ ਹਾਂ ਔਰ ਤੀਜੇ ਦੇ ਵਿੱਚ ਅਸੀਂ ਪੇਂਟ ਸ਼ਾਪ ਬਾਰੇ ਦੱਸਦੇ ਹਾਂ ਜਿੱਥੇ ਅਸੀਂ ਪੇਂਟ ਦਾ ਸਾਰਾ ਕੁਛ ਪ੍ਰੈਕਟਿਸ ਕਰਾਉਂਦੇ ਹਾਂ ਵੀ ਪੇਂਟ ਦਾ ਫਲੋ ਕਿੱਦਾਂ ਆਉਣਾ ਚਾਹੀਦਾ, ਪੇਂਟ ਲੈਸ ਨਹੀਂ ਹੋਣਾ ਚਾਹੀਦਾ। ਸੇਮ ਅਸੀਂ ਉਹਨਾਂ ਨੂੰ ਅਸੈਂਬਲੀ ਲਾਈਨ ਦੇ ਉੱਤੇ ਜੋ ਇਸ਼ੂਜ਼ ਆਉਂਦੇ ਹੈਗੇ ਆ ਉਹਨਾਂ ਦੀ ਡਿਸਕ੍ਰਿਪਸ਼ਨ ਦਿੰਦੇ ਹੈਗੇ ਹਾਂ ਵੀ ਪਾਰਟ ਲੂਜ਼ ਨਹੀਂ ਹੋਣਾ ਚਾਹੀਦਾ, ਪਾਰਟ ਆਪਾਂ ਨੂੰ ਗਲਤ ਨਹੀਂ ਲਗਾਉਣਾ, ਪਾਰਟ ਦੀ ਡਿਸਕ੍ਰਿਪਸ਼ਨ ਸਹੀ ਕਰਨੀ ਹੈਗੀ ਆ। ਟਰੈਕਟਰ ਨਿਰਮਾਣ ਵਿੱਚ ਗੀਅਰ ਸ਼ਾਪ ਸੈਕਸ਼ਨ ਦੀ ਜਾਣਕਾਰੀ ਦਿੰਦਿਆਂ ਹੈੱਡ ਗੀਅਰ ਡਿਵੀਜ਼ਨ ਨੇ ਕਿਹਾ, ਯਹਾਂ ਪੇ ਇਸ ਡਿਵੀਜ਼ਨ ਕੇ ਅੰਦਰ ਟ੍ਰਾਂਸਮਿਸ਼ਨ ਗੀਅਰਸ ਬਣਾਏ ਜਾਤੇ ਹੈ,
जो ऑल टाइप्स के हमारे जितने भी सोनालिका के जितने भी ट्रैक्टर्स के मॉडल्स हैं उन सभी के गियर्स, स्पर्स, हेलिकल्स, ट्रांसमिशन, सिंक्रोमेस एंड हेलिकल्स गियर बनाए जाते हैं। यहाँ पे 125 मशीन्स हैं जिसके अंदर सीएनसी और कन्वेंशनल मशीन दोनों टाइप की मशीनें हैं। हीट ट्रीटमेंट के लिए 200 टन की कैपेसिटी है जिसके अंदर सील क्विंच फर्नेसिस लेटेस्ट टेक्नोलॉजी की मशीनें लगी हुई हैं, और उधर ग्राइंडिंग फिनिश ग्राइंडिंग के अंदर जहाँ पे भी टेक्नोलॉजी सीएनसी मशीन्स की लेटेस्ट टाइप की मशीनें लगाई गई हैं जो माइक्रोन्स के अंदर कंट्रोल करते हैं और बेस्ट वर्ल्ड की बेस्ट क्वालिटी हम मेंटेन करते हैं। इस ट्रैक्टर नू मिट्टी कट्टे दी मार नाल जंग तो बचाने लिए इस उपर रोबोटिक मशीना नाल पेंट शॉप विच पेंट दा काम होता है। इस बारे जानकारी दिंदिया श्री एस के मिश्रा ने कहा, हमारे ट्रैक्टर्स बहुत सारे कंट्री में जाते हैं जिसको देखते हुए वहाँ के इन्वायरमेंट कंडीशंस, कहीं धूप, कहीं पे पानी, कहीं बरसात, कहीं पे सॉल्ट नमक का रोड्स होते हैं, उन सब चीज़ों को ध्यान रखते हुए सोनालिका ने वर्ल्ड्स का बेस्ट टेक्नोलॉजी पेंट्स यूज़ किया है, इन कंपोनेंट पे चालू किया है। जैसे हम सीडी करते हैं, सीडी करने से हमारी कंपोनेंट के ऊपर जो जंग लगता है खेतों में जाने पर ट्रैक्टर में, उसकी लाइफ अब बहुत ज़्यादा बढ़ गई है, इम्प्रूव हो गया है। उसके ऊपर जो हम पेंट यूज़ करते हैं वो हमारा TSA बेस्ड का है जिससे उसकी और क्वालिटी में चमक आ गई है, जिससे हमें एनवायरनमेंट में हमें उसका काफ़ी बेनिफिट्स मिलते हैं। उसके बाद जो हम चाचिस पेंटिंग करते हैं वो हम रोबोट टेक्नोलॉजी से पेंटिंग करते हैं। जैसा कि आप सबको पता होना चाहिए कि रोबोट आज के टाइम पर हर OEMs MNCs कार कंपनी में यूज़ किया जा रहा है। रोबोट से पेंटिंग करने से हमें एक तो यूनिफॉर्म कोटिंग मिलती है जिससे कस्टमर का इसको बेनिफिट्स मिलता है। हमारे जो सुपरवाइजर्स हैं, हमारे जो लाइन लीडर्स हैं सुपरवाइजर्स, वो जो टेस्टिंग करते हैं, हम उनको रेगुलर मॉनिटरिंग करते हैं इसकी DFT, इसकी थिकनेस कितनी है, प्लस इस पर हम ग्लॉस चेक करते हैं। आप देख सकते हैं कि ये कंपोनेंट टोटली ही यूनिफॉर्म कोटिंग में है। टेस्टिंग हम आवरली, वीकली और इसका PM मेंटेन करते रहते हैं ताकि हम कस्टमर को बेटर क्वालिटी प्रोवाइड कर सके। ट्रैक्टर निर्माण विच सब तो अहम भूमिका इंजन दी होंदी है। इस तहत सोनालिका ग्रुप वालों इस नू हर संभव तरीके नाल बेहतर बनाउण लई काम कीता गया है। साडी टोटल जो क्रैंकिस दी मशीनिंग टोटल इन हाउस है। टोटल इंजन असेंबली दे विच स्टेजेस जो हैगी हैं वो 34 स्टेजेस दे उपर वर्क हुंदा हैगा। उस तों बाद इंजन टेस्टिंग दी स्टेज आंदी है। इंजन टेस्टिंग दे विच 100% सारे इंजन ही टेस्ट कीते जांदे ने, जिन्हां दी रेंज जो 22 HP तो लैके 120 HP तक है। 2 सिलेंडर, 3 सिलेंडर, 4 सिलेंडर एंड 6 सिलेंडर दे विच इंजन बनाए जांदे हैगे। इंजन बहुत ही फ्यूल एफिशिएंट हैगे है, इन्हां दी फ्यूल कंजम्पशन बहुत ही घट हैगी है, धुआं रहित सारे इंजन हैगे है। तो इन्हां दी पुलिंग पावर खिंचाई जो है कंपैरिजन जो दूसरे ट्रैक्टर्स हैगे हैं उन्होंने मुकाबले बहुत ही ज़्यादा है। हैंगिंग रूप विच ट्रैक्टर तैयार होंदा होया आखिर विच असेंबली अते टेस्टिंग विभाग विचों गुजरता है। इत्थे इसकी पूरी तरह नाल फाइनल जांच होंदी है। हमारे सिस्टम जैपनीज सिस्टम फॉलो करते हैं, जैसे कि काइजन हो गया और पोकायोके हो गया। क्वालिटी मेंटेन करने के लिए हम इस बात का इंतज़ार नहीं करते कि डिफेक्ट आए और फिर हम उसको सॉल्व करें। हम पहले से ही डिफेक्ट पैदा ही ना हो स्टेज पर उसका पूरा हम ध्यान रखते हैं। इसके अलावा हमारे कई स्टेजेस पे इंस्पेक्शन भी होते हैं, लेकिन ज़्यादातर इंस्पेक्शन का पर्पस उस इंस्पेक्शन को सुधारना है। ट्रैक्टर मैन्युफैक्चरिंग विच सब तो महत्वपूर्ण काम रिसर्च अते डेवलपमेंट विभाग विच वैज्ञानिक लगातार करते रहते हैं ता जो इस विच होर बेहतरता ल्यांदी जा सके। ITL के R&D में हम लोग अलग अलग देशों का, प्रांतों का नीड्स, उधर की टेक्नोलॉजिकल रिक्वायरमेंट, एमिशन नॉर्म्स, उसके बारे में इनपुट्स इकट्ठा करते हैं और उसके बेसिस पे हम और प्रोडक्ट डिजाइन करते हैं। हमारे प्रोडक्ट के द्वारा हम किसानों का, वो इंडिया का ही नहीं है, पूरे ग्लोबल का किसानों का हम उनके रिक्वायरमेंट पूरा करने की कोशिश करते हैं। सोनालिका ग्रुप के एग्जीक्यूटिव डायरेक्टर श्री रमन मित्तल नाल भी सारी टीम वालों विशेष गलबात की थी। अज साढ़े सारे लई पंजाबी होन करके, हिंदुस्तानी होन करके, इस किसान नाल जुड़े होन करके एक बहुत ही गर्व वाला दिन हैगा। अज तुहाडे एक छोटे जे शहर हुशियारपुर पंजाब दे विच इस देश दा नहीं इस दुनिया दा सब तो वड्डा ट्रैक्टर दा प्लांट जिहड़ी कपैसिटी हैगी 3 लाख ट्रैक्टर, जिहदे विच 2 मिंट विच एक नवा ट्रैक्टर बन के निकलूगा। इन्ना वड्डा प्लांट दोस्तों इस पूरी दुनिया च होर कोई भी नहीं है।
ਇੱਥੇ ਜਿਹੜੀ ਪੇਂਟ ਸ਼ਾਪ ਹੈਗੀ ਹੈ ਉਹ ਰੋਬੋਟਿਕ ਪੇਂਟ ਸ਼ਾਪ ਹੈ। ਰੋਬੋ ਉਹਦੇ ਵਿੱਚ ਪ੍ਰਾਈਮਰ ਟੋਪਕੋਟ ਪੇਂਟ ਕਰਦੇ ਨੇ। ਜਿਹੜੀ ਇੱਥੇ ਇੰਜਨ ਬਣਦਾ ਉਹ ਵੀ ਪੂਰਾ ਇੱਥੇ ਬਣਦਾ ਹੈ, ਟਰਾਂਸਮਿਸ਼ਨ ਵੀ ਇੱਥੇ ਬਣਦੀ ਹੈ, ਐਕਸਲ ਇੱਥੇ ਬਣਦਾ ਹੈ, ਜਿਹੜਾ ਟਰੈਕਟਰ ਦਾ ਸ਼ੀਟ ਮੈਟਲ ਲੋਹਾ ਹੈ ਉਹ ਵੀ ਇੱਥੇ ਬਣਦਾ ਹੈ, ਪਲਾਸਟਿਕ ਵੀ ਇੱਥੇ ਬਣਦਾ ਹੈ। ਅਤੇ ਤੁਸੀਂ ਦੇਖੋਗੇ ਜੇ ਪੂਰਾ ਟਰੈਕਟਰ ਟਾਇਰ ਬੈਟਰੀ ਰਿਮ ਇਹ ਦੋ ਤਿੰਨ ਚੀਜ਼ਾਂ ਛੱਡ ਕੇ ਪੂਰੇ ਦਾ ਪੂਰਾ ਟਰੈਕਟਰ ਇਸ ਕੰਪਨੀ ਵਿੱਚ ਬਣਦਾ ਹੈ ਔਰ ਇੰਨੇ ਬੜੇ ਵੋਲਿਊਮ ਦੇ ਵਿੱਚ ਇੰਨੀ ਜ਼ਿਆਦਾ ਕੁਆਲਿਟੀ ਵਿੱਚ ਸ਼ਾਇਦ ਹੀ ਕੋਈ ਦੇਸ਼ ਕੋਈ ਪਲਾਂਟ ਹੈਗਾ ਪੂਰੇ ਦੁਨੀਆ ਵਿੱਚ ਜਿਹਦੇ 'ਚ ਹੋਵੇਗਾ। ਇਹ ਪਲਾਂਟ ਦੇ ਜਿਹੜੇ ਟਰੈਕਟਰ ਬਣਦੇ ਨੇ ਇਹ ਇੰਡੀਆ ਹੀ ਨਹੀਂ ਇਸ ਦੁਨੀਆ ਦੀ 80 ਕੰਟਰੀ ਵਿੱਚ ਜਾਂਦੇ ਨੇ। ਫਰਾਂਸ ਵਾਲੇ ਮੁਲਕ ਹੋ ਗਏ, ਅਮੈਰੀਕਾ ਹੋ ਗਿਆ, ਜਪਾਨ ਹੋ ਗਿਆ, ਕੋਈ ਐਸਾ ਮੁਲਕ ਨਹੀਂ ਅੱਜ ਬਚਿਆ ਜਿੱਥੇ ਤੁਹਾਡੇ ਹੁਸ਼ਿਆਰਪੁਰ ਤੋਂ ਪੰਜਾਬ ਤੋਂ ਬੰਦ ਕੇ ਟਰੈਕਟਰ ਅੱਜ ਨਹੀਂ ਜਾ ਰਿਹਾ। ਇਹ ਸਾਡੇ ਸਾਰਿਆਂ ਲਈ ਬਹੁਤ ਗਰਵ ਦੀ ਗੱਲ ਹੈ। ਆਪਾਂ ਇੱਥੇ ਇਸ ਪਲਾਂਟ ਦੇ ਵਿੱਚ ਕੁਆਲਿਟੀ ਦਾ ਖਾਸ ਖਿਆਲ ਰੱਖਿਆ ਗਿਆ ਹੈ ਅਤੇ ਜਿਹੜਾ ਟਰੈਕਟਰ ਆਪਾਂ ਹੁਣ ਫਰਾਂਸ ਭੇਜਦੇ ਨੇ ਉਸੇ ਵਰਕਰ ਉਸੇ ਲਾਈਨ ਉਸੇ ਕੁਆਲਿਟੀ ਉਸੇ ਕੰਪੋਨੈਂਟ ਉਹ ਟਰੈਕਟਰ ਅੱਜ ਇੰਡੀਆ ਲਈ ਵੀ ਬਣਦਾ ਹੈ ਅਤੇ ਆਪਾਂ ਇੱਕੋ ਪਲਾਂਟ ਬਣਾਇਆ ਹੈ ਜਿਹੜੀ ਕੁਆਲਿਟੀ ਚਾਹੇ ਇੰਡੀਆ ਦੀ ਹੋਵੇ ਚਾਹੇ ਫਰਾਂਸ ਦੀ ਹੋਵੇ ਚਾਹੇ ਅਮੈਰੀਕਾ ਦੀ ਹੋਵੇ ਸੇਮ ਟਰੈਕਟਰ ਅਤੇ ਸੇਮ ਕੁਆਲਿਟੀ ਸਾਰਿਆਂ ਨੂੰ ਮਿਲ ਰਹੀ ਹੈ। ਸ਼੍ਰੀ ਅੰਮ੍ਰਿਤ ਸਾਗਰ ਮਿੱਤਲ ਵਾਈਸ ਚੇਅਰਮੈਨ ਸੋਨਾਲਿਕਾ ਗਰੁੱਪ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਅੱਜ ਅਸੀਂ ਹੁਸ਼ਿਆਰਪੁਰ ਦੀ ਧਰਤੀ 'ਤੇ ਹਾਂ ਜਿੱਥੇ ਸੋਨਾਲਿਕਾ ਨੇ ਇੱਕ ਬਹੁਤ ਹੀ ਵਰਲਡ ਕਲਾਸ ਜਿਹੜਾ ਪਲਾਂਟ ਫੋਰ ਟਰੈਕਟਰਸ ਮੈਨੂਫੈਕਚਰਿੰਗ ਦਾ ਇੱਥੇ ਅਸਟੈਬਲਿਸ਼ ਕੀਤਾ ਔਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਉਚੇਚੇ ਤੌਰ ਦੇ ਉੱਤੇ ਇੱਥੇ ਪਹੁੰਚੇ ਔਰ ਉਹਨਾਂ ਨੇ ਇਸ ਪਲਾਂਟ ਦਾ ਇਨੋਗਰੇਸ਼ਨ ਕੀਤਾ। ਸੋ ਇਸ ਪਲਾਂਟ ਦੇ ਵਿੱਚ ਕੀ ਖਾਸੀਅਤ ਨੇ, ਕਿਸ ਤਰੀਕੇ ਨਾਲ ਇਹ ਟਰੈਕਟਰ ਵਰਲਡ ਕਲਾਸ ਟਰੈਕਟਰ ਮੰਨਿਆ ਜਾਂਦਾ, ਸੋ ਇਸ ਸਾਰੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਇਸ ਸੋਨਾਲਿਕਾ ਗਰੁੱਪ ਦੇ ਵਾਈਸ ਚੇਅਰਮੈਨ ਸ਼੍ਰੀ ਅੰਮ੍ਰਿਤ ਸਾਗਰ ਮਿੱਤਲ ਜੀ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਸਰ। ਸੋ ਸਰ, ਤੁਹਾਡੇ ਕੋਲੋਂ ਅਸੀਂ ਜਾਣਨੀ ਜਿਹੜੀ ਮੇਨ ਇਨਫੋਰਮੇਸ਼ਨ ਇਹ ਲੈਣਾ ਚਾਹੁੰਦੇ ਕਿ ਸੋਨਾਲਿਕਾ ਦਾ ਜਿਹੜਾ ਹੁਸ਼ਿਆਰਪੁਰ ਦਾ ਇਹ ਵਰਲਡ ਕਲਾਸ ਜਿਹਨੂੰ ਅਸੀਂ ਪਲਾਂਟ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਪਲਾਂਟ ਹੈ ਜਿਹਦੀ ਸਭ ਤੋਂ ਜ਼ਿਆਦਾ ਕਪੈਸਿਟੀ ਹੈ ਟਰੈਕਟਰ ਪ੍ਰੋਡਿਊਸ ਕਰਨ ਦੀ, ਔਰ ਕਿਹੜੇ ਕਿਹੜੇ ਪੈਰਾਮੀਟਰਸ ਹੈ ਜਿਹਦੇ ਕਰਕੇ ਇਸ ਨੂੰ ਅਸੀਂ ਵਰਲਡ ਕਲਾਸ ਔਰ ਵਰਲਡ ਦਾ ਸਭ ਤੋਂ ਵੱਡਾ ਪਲਾਂਟ ਮੰਨਦੇ ਹਾਂ? ਜਿਹੜਾ ਅਸੀਂ ਨਿਆ ਪਲਾਂਟ ਅਸਟੈਬਲਿਸ਼ ਕੀਤਾ ਇਸ ਦੀ ਕਪੈਸਿਟੀ ਕਰੀਬ 2 ਲੱਖ ਟਰੈਕਟਰ ਸਾਲ ਬਣਾਉਣ ਦੀ ਹੈ ਜੀ। ਔਰ ਜਿਹੜਾ ਪਹਿਲੀ ਸਾਡੇ ਪਾਸ ਕਪੈਸਿਟੀ ਸੀ ਉਹ 1 ਲੱਖ ਟਰੈਕਟਰ ਦੀ ਸੀ ਅਤੇ ਟੋਟਲ ਸਾਲ ਭਰ 'ਚ ਇਸ ਹੁਸ਼ਿਆਰਪੁਰ ਪਲਾਂਟ ਤੋਂ 3 ਲੱਖ ਟਰੈਕਟਰ ਬਣਾਏ ਜਾਣਗੇ ਜੀ। ਔਰ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਸਾਰੀ ਦੁਨੀਆ 'ਚ ਐਸਾ ਕੋਈ ਟਰੈਕਟਰ ਪਲਾਂਟ ਨਹੀਂ ਹੈ ਜਿੱਥੇ ਇੱਕ ਹੀ ਫੈਕਟਰੀ 'ਚ 3 ਲੱਖ ਟਰੈਕਟਰ ਬਣ ਸਕਦੇ ਹੋ ਜੀ, ਔਰ ਡਿਫਰੈਂਟ ਰੇਂਜ ਦੇ ਬਣ ਸਕਦੇ ਹੋਣ, ਯਾਨੀ 18 horsepower ਤੋਂ ਲੈ ਕੇ 150 horsepower ਤੱਕ ਦੇ ਟਰੈਕਟਰ ਇੱਕੋ ਫੈਕਟਰੀ 'ਚ, ਔਰ ਉਹ 300,000 3 ਲੱਖ ਟਰੈਕਟਰ ਬਣਨ ਵਾਲਾ ਇਹ ਇਕੱਲਾ ਹੀ ਦੁਨੀਆ ਦਾ ਪਲਾਂਟ ਹੋਏਗਾ ਜੀ। ਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਹ ਪਲਾਂਟ ਇਕੱਲਾ ਹੀ ਪਲਾਂਟ ਹੈ ਦੁਨੀਆ ਦਾ ਜਿਹਦੇ ਵਿੱਚ ਇੰਨੀ ਕਪੈਸਿਟੀ ਦੇ ਟਰੈਕਟਰ ਬਣ ਸਕਦੇ, 3 ਲੱਖ ਟਰੈਕਟਰ ਇੱਕ ਸਾਲ 'ਚ ਤੁਸੀਂ ਪ੍ਰੋਡਿਊਸ ਕਰੋਗੇ, ਕੀ ਮਿੱਤਲ ਸਾਹਿਬ ਇਸ ਦੀ ਮਾਰਕੀਟ ਨੂੰ ਲੈ ਕੇ ਅਗਰ ਗੱਲ ਕਰੀਏ ਤਾਂ ਭਾਰਤ ਵਿੱਚ ਜਾਂ ਦੁਨੀਆ ਦੇ ਦੂਸਰੇ ਮੁਲਕਾਂ ਵਿੱਚ ਇੰਨੀ ਜਿਹੜੀ ਸੇਲ ਦੀ ਅਗਰ ਗੱਲ ਕਰੀਏ ਤਾਂ ਤੁਸੀਂ ਕਿੰਨਾ ਕੁ ਭਵਿੱਖ ਦੇਖਦੇ ਹੋ, ਕਿਸ ਤਰੀਕੇ ਨਾਲ ਇਹਦੀ ਕੰਜ਼ਮਪਸ਼ਨ ਜਿਹੜੀ ਮਹਿਸੂਸ ਕਰਦੇ ਹੋ? ਇਹਦੇ 'ਚ ਆਉਣ ਵਾਲੇ 5 ਸਾਲ 'ਚ ਅਸੀਂ ਕਰੀਬ 20% ਗਰੋਥ ਈਅਰ ਟੂ ਈਅਰ ਬੇਸਿਸ ਪਲੈਨ ਕੀਤੀ ਹੈ। ਤੋ 3 ਲੱਖ 'ਚੋਂ 2 ਲੱਖ ਟਰੈਕਟਰ ਤਾਂ ਹਿੰਦੁਸਤਾਨ 'ਚ ਵੇਚਣ ਦਾ ਪਲੈਨ ਕੀਤਾ ਗਿਆ ਜੀ। ਕਰੀਬ 50,000 ਟਰੈਕਟਰ ਅਸੀਂ, ਸਾਡੀ ਕੋਲੈਬਰੇਟਿਵ ਕੰਪਨੀ ਹੈ ਜਪਾਨ ਦੀ ਯਾਨਮਾਰ, ਉਹਦੇ ਵਾਸਤੇ ਅਸੀਂ ਬਣਾਵਾਂਗੇ। 2.5 ਲੱਖ ਹੋ ਗਿਆ, 50,000 ਟਰੈਕਟਰ ਅਸੀਂ ਬਾਹਰ ਦੂਜੇ ਮੁਲਕਾਂ ਨੂੰ ਆਪਣੇ ਹੀ ਬ੍ਰਾਂਡ 'ਚ ਐਕਸਪੋਰਟ ਕਰਾਂਗੇ। ਸੋ ਸਰ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਨਾਲ ਜਪਾਨ ਦੀ ਕੰਪਨੀ ਜਿਹੜੀ ਉਸਦਾ ਇੱਕ ਬਹੁਤ ਮਹੱਤਵਪੂਰਨ ਟਾਈਅਪ ਹੋਇਆ ਔਰ ਜਿਸ ਵਿੱਚ 17-18% ਦੇ ਲਗਭਗ ਸ਼ੇਅਰ ਜਿਹੜਾ ਜਪਾਨ ਦੀ ਕੰਪਨੀ ਇਸ ਵਿੱਚ ਇਨਵੈਸਟ ਕਰ ਰਹੀ, ਲਗਭਗ 17-18 ਕਰੋੜ ਰੁਪਈਆ। ਸੋ ਇਹ ਜਿਹੜੀ ਐਡੀ ਵੱਡੀ ਇਨਵੈਸਟਮੈਂਟ ਉਹ ਕੰਪਨੀ ਕਰ ਰਹੀ ਹੈ, ਇਸ ਦੇ ਨਾਲ ਤੁਹਾਨੂੰ ਸੋਨਾਲਿਕਾ ਗਰੁੱਪ ਨੂੰ ਕੀ ਐਡਵਾਂਟੇਜ ਹੋਣ ਜਾ ਰਹੀ ਹੈ ਔਰ ਜਪਾਨ ਦੀ ਉਸ ਕੰਪਨੀ ਨੂੰ ਕੀ ਫਾਇਦਾ ਹੋ ਰਿਹਾ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ? ਜਿਹੜੀ ਇਹ ਜਪਾਨ ਦੀ ਕੰਪਨੀ ਹੈ ਜੀ, ਇਸਦਾ ਨਾਂ ਹੈ ਯਾਨਮਾਰ ਲਿਮਿਟਿਡ, 100 ਸਾਲ ਪੁਰਾਣੀ ਕੰਪਨੀ ਹੈ ਜਪਾਨ ਦੀ, ਜਿਨ੍ਹਾਂ ਨੇ ਦੁਨੀਆ 'ਚ ਸਭ ਤੋਂ ਪਹਿਲੀ ਕੰਪਨੀ ਜਿਨ੍ਹਾਂ ਨੇ ਡੀਜ਼ਲ ਇੰਜਨ ਆਜ਼ਾਦ ਕੀਤਾ ਸੀ। ਇਸ ਕੋਆਪਰੇਸ਼ਨ ਦਾ ਜਿਹੜਾ ਸਭ ਤੋਂ ਮੂਲ ਮੰਤਰ ਹੈ, ਪ੍ਰਿੰਸੀਪਲ ਹੈ ਕਿ ਜਪਾਨੀ ਟੈਕਨੀਕ ਅਤੇ ਹਿੰਦੁਸਤਾਨੀ ਕੀਮਤ, ਇਹਨਾਂ ਦੋਨਾਂ ਦਾ ਸਮਾਵੇਸ਼ ਕੀਤਾ ਗਿਆ ਕਿ ਦੁਨੀਆ ਦੀ ਸਭ ਤੋਂ ਵਧੀਆ ਟੈਕਨੀਕ ਅਤੇ ਸਭ ਤੋਂ ਕੰਪੀਟੀਟਿਵ ਕੋਸਟ ਹਿੰਦੁਸਤਾਨ ਦੀ, ਇਹਨਾਂ ਦੋਨਾਂ ਨੂੰ ਮਿਲਾ ਕੇ ਜਦੋਂ ਅਸੀਂ ਪ੍ਰੋਡਕਟ ਬਣਾਵਾਂਗੇ ਔਰ ਸਾਰੀ ਦੁਨੀਆ 'ਚ ਵੇਚਾਂਗੇ ਜੀ, ਉਹਦਾ ਫਾਇਦਾ
ਨਾ ਸਿਰਫ ਸਾਡੀ ਕੰਪਨੀ ਨੂੰ ਹੋਏਗਾ, ਨਾਲੋਂ ਨਾਲ ਜਪਾਨ ਦੀ ਕੰਪਨੀ ਨੂੰ ਵੀ ਹੋਏਗਾ। ਔਰ ਸਾਨੂੰ ਉਸ ਦਾ ਇੱਕ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਉਹੀ ਜਪਾਨੀ ਤਕਨੀਕ ਔਰ ਕੁਆਲਿਟੀ ਦੇ ਸਟੈਂਡਰਡ ਇਹ ਸਾਡੀ ਹਿੰਦੁਸਤਾਨ ਦੇ ਕਿਸਾਨਾਂ ਨੂੰ ਵੀ ਉਪਲਬਧ ਹੋਣਗੇ ਔਰ ਸਾਡੀ ਫੈਕਟਰੀ 'ਚ ਵੀ ਉਹ ਸਾਰੇ ਹੀ ਸਟੈਂਡਰਡਸ ਅਪਣਾਏ ਜਾ ਸਕਣ। ਜੀ, ਸੋ ਬਹੁਤ ਅਹਿਮ ਜਿਹੜੀ ਗੱਲ ਤੁਸੀਂ ਦੱਸੀ ਕਿ ਜਪਾਨ ਦੀ ਟੈਕਨੋਲੋਜੀ ਜਿਹੜੀ ਹੈ ਉਸ ਨੂੰ ਅਗਰ ਭਾਰਤ ਦੀ ਜਿਹੜੀ ਸਾਡੀ ਕੀਮਤ ਆ ਉਸ ਦੇ ਨਾਲ ਮੈਚ ਕੀਤਾ ਜਾਏਗਾ ਔਰ ਇੱਕ ਆਮ ਕਿਸਾਨ ਜਿਹੜਾ ਹੈ ਉਸ ਲਈ ਬਾਇਬਲ ਬਣਾਇਆ ਜਾਏਗਾ ਔਰ ਉਸ ਦੇ ਨਾਲ ਕਿਸਾਨੀ ਜਿਹੜੀ ਤਰੱਕੀ ਕਰੇਗੀ। ਮੈਂ ਜਿਹੜੀ ਚੀਜ਼ ਤੁਹਾਡੇ ਕੋਲ ਜਾਣਾ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਵੀ ਇਸ ਵੇਲੇ ਇੱਕ ਨਾਰਾ ਜਿਹੜਾ ਪੇਸ਼ ਕੀਤਾ ਕਿ ਅਸੀਂ ਫਾਰਮਰ ਜਿਹੜਾ ਹੈ ਉਸ ਦੀ ਸਥਿਤੀ ਨੂੰ ਕਾਫੀ ਅਪਲਿਫਟ ਕਰਨਾ। ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨਾਰਾ ਦਿੱਤਾ ਸੀ ਕਿ ਅਸੀਂ ਕਿਸਾਨੀ ਦੀ ਜਿਹੜੀ ਇਨਕਮ ਹੈ ਉਸ ਨੂੰ ਅਸੀਂ ਡਬਲ ਕਰਨਾ, ਸੋ ਉਸ ਨੂੰ ਡਬਲ ਕਰਨ ਵਾਸਤੇ ਕੀ ਉਪਰਾਲੇ ਜਿਹੜੇ ਤੁਸੀਂ ਮਹਿਸੂਸ ਕਰਦੇ ਹੋ ਕਿ ਕੀਤੇ ਜਾ ਸਕਦੇ ਜਿਸ ਦੇ ਨਾਲ ਕਿਸਾਨ ਦੀ ਸਥਿਤੀ ਜਿਹੜੀ ਕਾਫੀ ਬਿਹਤਰ ਹੋ ਸਕਦੀ? ਦੇਖੋ ਜੀ, ਮੋਦੀ ਸਾਹਿਬ ਦੇ ਦਿਲ 'ਚ ਇਹ ਚੀਜ਼ ਖੁੱਭ ਚੁੱਕੀ ਆ ਕਿ ਜਿੰਨਾ ਚਿਰ ਹਿੰਦੁਸਤਾਨ ਦਾ ਕਿਸਾਨ ਨਹੀਂ ਤਰੱਕੀ ਕਰੇਗਾ, ਕਿਸਾਨ ਨਹੀਂ ਖੁਸ਼ਹਾਲ ਹੋਏਗਾ, ਤਾਂ ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ। ਉਸ ਕਰਕੇ ਉਹਨਾਂ ਦੀ ਪਲੈਨਿੰਗ ਹੈ ਕਿ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ ਉਸਦੀ ਇਨਕਮ 'ਚ ਵਾਧਾ ਕੀਤਾ ਜਾਏ। ਜੀ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਭਾਰਤ ਦੇ ਕਿਸਾਨ ਜਿਹੜੇ ਹੁਣ ਇਸ ਵੇਲੇ ਵੱਡੇ ਕਿਸਾਨਾਂ ਤੋਂ ਛੋਟੇ ਛੋਟੇ ਕਿਸਾਨ ਹੁੰਦੇ ਜਾ ਰਹੇ ਔਰ ਉਸ ਤੋਂ ਬਾਅਦ ਉਹਨਾਂ ਦੀ ਇਨਕਮ ਜਿਹੜੀ ਉਸ ਨੂੰ ਐਡਅਪ ਕਰਨਾ, ਸੋ ਤੁਸੀਂ ਇੱਕ ਛੋਟੇ ਸੈਗਮੈਂਟ ਦਾ ਟਰੈਕਟਰ ਵੀ ਉਹਨਾਂ ਵਾਸਤੇ ਜਿਹੜਾ ਮੁਹੱਈਆ ਕਰਵਾਇਆ ਤਾਂ ਕਿ ਹਰ ਕਿਸਮ ਦਾ ਜਿਹੜਾ ਕਿਸਾਨ ਆ ਉਹ ਆਪਣੀ ਪ੍ਰੋਡਕਟੀਵਿਟੀ ਉਸ ਨੂੰ ਡਬਲ ਕਰ ਸਕੇ। ਮੈਂ ਜਿਹੜੀ ਚੀਜ਼ ਚੁੱਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਾਗਡੋਰ ਸੰਭਾਲੀ ਔਰ ਅੱਜ ਤੁਹਾਡੇ ਪਲਾਂਟ ਦਾ ਜਿਹੜਾ ਇਨੋਗਰੇਸ਼ਨ ਜਿਹੜਾ ਉਹਨਾਂ ਨੇ ਕੀਤਾ, ਸੋ ਕੈਪਟਨ ਸਾਹਿਬ ਤੋਂ, ਕੈਪਟਨ ਅਮਰਿੰਦਰ ਸਾਹਿਬ ਤੋਂ, ਪੰਜਾਬ ਦੇ ਮੁੱਖ ਮੰਤਰੀ ਤੋਂ ਤੁਸੀਂ ਕੀ ਐਕਸਪੈਕਟੇਸ਼ਨ ਰੱਖਦੇ ਹੋ ਕਿ ਕਿਸ ਤਰੀਕੇ ਨਾਲ ਪੰਜਾਬ ਦੀ ਇੰਡਸਟਰੀ ਜਿਹੜੀ ਕਾਫੀ ਦੇਰ ਤੋਂ ਅਣਗੌਲੀ ਸੀ ਇਸ ਨੂੰ ਹੋਰ ਜ਼ਿਆਦਾ ਬੂਸਟਅਪ ਕੀਤਾ ਜਾ ਸਕਦਾ, ਪੰਜਾਬ ਦੇ ਲੋਕਾਂ ਵਾਸਤੇ ਰੁਜ਼ਗਾਰ ਦੇ ਮੁਹੱਈਏ ਕੀਤੇ ਜਾ ਸਕਦੇ ਆ, ਸੋ ਕਿਸ ਤਰੀਕੇ ਨਾਲ ਮਹਿਸੂਸ ਕਰਦੇ? ਦੇਖੀਏ ਜੀ, ਜਿਹੜੀ ਇਹ ਨਵੀਂ ਸਰਕਾਰ ਆ ਕੈਪਟਨ ਅਮਰਿੰਦਰ ਸਿੰਘ ਜੀ ਦੀ, ਇਹਨਾਂ ਦਾ ਜਿਹੜਾ ਪਹਿਲਾ ਮੁੱਦਾ ਤਾਂ ਇਹੀ ਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈ ਇਹਨਾਂ ਲਈ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਪੈਦਾ ਕੀਤਾ ਜਾਏ, ਅਤੇ ਉਹ ਰੁਜ਼ਗਾਰ ਤਾਂ ਇੰਡਸਟਰੀ ਤੋਂ ਹੀ ਪੈਦਾ ਹੋ ਸਕਦਾ। ਜੀ, ਪਰ ਸਮੱਸਿਆ ਇਹ ਆ ਕਿ ਆਪਣੀ ਸਟੇਟ ਬੜੀ ਲੈਂਡ ਲੋਕਡ ਸਟੇਟ ਹੈ, ਰਾ ਮਟੀਰੀਅਲ ਬਾਹਰੋਂ ਆਉਂਦਾ ਅਤੇ ਇੱਥੋਂ ਪ੍ਰੋਡਕਟ ਬਣ ਕੇ ਬਾਹਰ ਜਾਣਾ। ਜੀ, ਤੋ ਸਾਨੂੰ ਇਹ ਦੇਖਣਾ ਹੈ ਕਿ ਸਾਡੇ ਕੀ ਸਟਰੈਂਥ ਹੈ ਜਿਸ ਨੂੰ ਆਪਾਂ ਇਸਤੇਮਾਲ ਕਰਦੇ ਹੋਏ ਇਸ ਇੰਡਸਟਰੀ ਨੂੰ ਤਰੱਕੀ ਦੀ ਰਾਹ 'ਤੇ ਲਿਜਾ ਸਕਦੇ ਹਾਂ। ਅਤੇ ਕੈਪਟਨ ਸਾਹਿਬ ਨੇ ਸਹੀ ਜਾਂਚਿਆ ਹੈ ਕਿ ਸਾਡੀ ਸਟਰੈਂਥ ਹੈ ਕਿ ਸਾਡੇ ਕੋਲ ਅੱਜ ਬਿਜਲੀ ਦੀ ਜਿਹੜੀ ਉਤਪਾਦਕਤਾ ਹੈ ਉਹ ਵਾਧੂ ਹੈ। ਜੀ, ਉਸ ਪਾਵਰ ਨੂੰ, ਬਿਜਲੀ ਦੀ ਪਾਵਰ ਨੂੰ ਹੀ ਆਪਾਂ ਆਪਣੀ ਪਾਵਰ ਬਣਾ ਲਈਏ ਅਤੇ ਸਸਤੇ ਰੇਟ 'ਤੇ ਜੇ ਇੰਡਸਟਰੀ ਨੂੰ ਬਿਜਲੀ ਮੁਹੱਈਆ ਕਰਨ ਲੱਗ ਗਏ ਤਾਂ ਸਾਡੀ ਜਿਹੜੀ ਇੰਡਸਟਰੀ ਆ ਉਹ ਜ਼ਿਆਦਾ ਕੰਪੀਟੀਟਿਵ ਹੋ ਜਾਏਗੀ। ਸੋ ਇਸ ਪੋਜ਼ਿਟਿਵ ਨੋਟ 'ਤੇ ਕਿ ਪੰਜਾਬ ਦੀ ਇੰਡਸਟਰੀ ਹੋਰ ਪ੍ਰਫੁੱਲਿਤ ਹੋਏਗੀ, ਪੰਜਾਬ ਦੇ ਜਿਹੜੇ ਪ੍ਰੋਡਕਟ ਹੈ, ਜਿਸ ਤਰ੍ਹਾਂ ਸੋਨਾਲੀਕਾ ਗਰੁੱਪ ਨੇ ਆਪਣਾ ਵਰਲਡ ਕਲਾਸ ਪਲਾਂਟ ਜਿਹੜਾ ਇੱਥੇ ਲਗਾਇਆ, ਵਰਲਡ ਦਾ ਸਭ ਤੋਂ ਵੱਡਾ ਪਲਾਂਟ ਲਗਾਇਆ, ਸੋ ਇਸ ਦੀ ਕਪੈਸਿਟੀ ਜਿਹੜੀ ਹੈ 300,000 ਟਰੈਕਟਰ ਪ੍ਰੋਡਿਊਸ ਕਰਨ ਦੀ, ਸੋ ਇਸ ਨਾਲ ਦੇਸ਼ ਜਿਹੜਾ ਹੈ ਉਸ ਨੂੰ ਹਾਰ ਬਦਲੇਗੀ, ਅੰਤਰਰਾਸ਼ਟਰੀ ਖੇਤਰ ਦੇ ਉੱਤੇ ਫਾਰਮਿੰਗ ਜਿਹੜੀ ਉਸ ਨੂੰ ਪ੍ਰਫੁੱਲਿਤ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਏਗੀ ਸਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਪਲਾਂਟ ਦਾ ਵਿਸ਼ੇਸ਼ ਦੌਰਾ ਕੀਤਾ। ਉਹਨਾਂ ਟਰੈਕਟਰ ਤੇ ਬੈਠ ਕੇ ਇਸ ਦਾ ਆਨੰਦ ਵੀ ਲਿਆ। ਇਸ ਸ਼ੁਭ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਵੀ ਉਚੇਚੇ ਤੌਰ ਤੇ ਹਾਜ਼ਰ ਰਹੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਡੀ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਸਾਡੇ ਅੱਜ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਪਹੁੰਚੇ, ਜਿੱਥੇ ਇਹਨਾਂ ਨੇ ਸੋਨਾਲੀਕਾ ਦਾ ਵਰਲਡ ਦਾ ਸਭ ਤੋਂ ਵੱਡਾ ਟਰੈਕਟਰ ਮੈਨੂਫੈਕਚਰਿੰਗ ਪਲਾਂਟ ਜਿਹੜਾ ਉਹਦਾ ਇਨੋਗਰੇਸ਼ਨ ਕੀਤਾ। ਸੋ ਸਭ ਤੋਂ ਪਹਿਲਾਂ ਸਰ, ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋਇਆ ਇੱਥੇ ਆ ਕੇ? ਵੈਸੇ ਮੈਂ ਇੱਥੇ ਆਇਆ ਹੈ ਬਹੁਤ ਸਾਲ ਪਹਿਲਾਂ, ਪਰ ਜਿੰਨੀ ਐਕਸਪੈਂਸ਼ਨ ਇਹਨਾਂ ਨੇ ਹੁਣ ਕੀਤੀ ਹੈ, ਜਿੰਨਾ ਵੱਧ ਗਿਆ, ਇਹ ਮੈਂ ਕਦੇ ਮਹਿਸੂਸ ਨਹੀਂ ਕਰ ਸਕਦਾ ਸੀ ਅਗਰ ਮੈਂ ਨਾ ਦੇਖਦਾ। 300,000 ਟਰੈਕਟਰ ਇੱਥੇ ਹੁਣ ਬਣਨਗੇ,
ਔਰ ਦੁਨੀਆ ਦੇ 80 ਮੁਲਕਾਂ ਦੇ ਵਿੱਚ ਜਾਣਗੇ ਤਾਂ ਪੰਜਾਬ ਦਾ ਨਾਂ ਰੋਸ਼ਨ ਕਰਨਗੇ, ਹਿੰਦੁਸਤਾਨ ਦਾ ਨਾਂ ਰੋਸ਼ਨ ਕਰਨਗੇ, ਔਰ ਸਾਨੂੰ ਬੜੀ ਖੁਸ਼ੀ ਹੈ ਦੇਖ ਕੇ ਜਿਸ ਤਰੀਕੇ ਨਾਲ ਇਹ ਕੰਪਨੀ ਇੱਥੇ ਤਰੱਕੀ ਕਰ ਰਹੀ ਹੈ। ਸਰ, ਆਮ ਤੌਰ 'ਤੇ ਅਸੀਂ ਕਹਿੰਦੇ ਕਿਸਾਨਾਂ ਦੀ ਅਸੀਂ ਇਨਕਮ ਜਿਹੜੀ ਉਸਨੂੰ ਡਬਲ ਕਰਨਾ, ਮੋਦੀ ਸਾਹਿਬ ਵੀ ਕਹਿ ਰਹੇ ਔਰ ਸਟੇਟ ਲੈਵਲ ਉੱਤੇ ਪੰਜਾਬ ਚੂੰਕਿ ਇੱਕ ਐਗਰੀਕਲਚਰ ਸਟੇਟ ਹੈਗੀ, ਸੋ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਕਿ ਇਸ ਜਿਹੜੀ ਇਹਦਾ ਕਿਸ ਤਰੀਕੇ ਨਾਲ ਕੰਟਰੀਬਿਊਟ? ਇਹ ਤਾਂ ਦੇਖੋ 1 ਲੱਖ ਟਰੈਕਟਰ ਬਣਾ ਰਹੇ ਨੇ, ਹੁਣ ਬਣਾਉਣਗੇ 3 ਲੱਖ, ਉਹ ਤਾਂ ਡਬਲ ਤੋਂ ਵੀ ਜ਼ਿਆਦਾ ਹੋ ਗਿਆ ਨਾ। ਤਾਂ ਸਮਾਂ ਇਹ ਬੜੀ ਵਧੀਆ ਗੱਲ ਹੈ ਜਿਹੜੀ ਇੱਥੇ ਹੋ ਰਹੀ ਹੈ, ਔਰ ਜਿਸ ਤਰੀਕੇ ਦੀ ਇਹਦੀ ਕਈ ਮੁਲਕ ਨੇ ਜਿੱਥੇ ਇਹਨੂੰ ਨੰਬਰ 1 ਟਰੈਕਟਰ ਮੰਨਿਆ ਜਾਂਦਾ, ਤੋ ਇਹਦੀ ਮੇਰਾ ਖਿਆਲ ਭਵਿੱਖ ਵਿੱਚ ਇਹਦੀ ਬੜੀ ਇੱਕ ਸਮੇਂ ਆਊਗਾ ਕਿ ਇਸ 3 ਲੱਖ ਨੂੰ ਅੱਗੇ ਵਧਾਉਣਾ ਪਊ ਇਹਨਾਂ ਨੂੰ। ਜੀ ਸਰ, ਪੰਜਾਬ ਨੂੰ ਪਿੱਛੇ ਅਗਰ ਪਿਛਲੇ ਦਹਾਕੇ 'ਚ ਗੱਲ ਕਰੀਏ ਤਾਂ ਇੱਕ ਬੜੀ ਇਮੇਜ ਨੂੰ ਡੈਂਟ ਲੱਗਿਆ ਔਰ ਇਨਵੈਸਟਰ ਪੰਜਾਬ 'ਚ ਆਉਣ ਤੋਂ ਕਿਤੇ ਨਾ ਕਿਤੇ ਗੁਰੇਜ਼ ਕਰਨ ਲੱਗ ਗਏ। ਤੁਹਾਡੇ ਤੁਸੀਂ ਵੀ ਕਾਫੀ ਐਫਰਟ ਕਰਦੇ ਹੋ ਕਿ ਪੰਜਾਬ 'ਚ ਇਨਵੈਸਟਰ ਬਾਹਰੋਂ ਆਉਣ, ਔਰ ਇੱਕ ਜਿਹੜਾ ਅਸੀਂ ਕੌਨਫੀਡੈਂਸ ਬਿਲਡਿੰਗ ਮੇਜਰ ਤੁਸੀਂ ਅਪਣਾ ਰਿਹਾ, ਇਸ ਵੇਲੇ ਵੀ ਤੁਸੀਂ ਜਾ ਕੇ ਜਪਾਨ ਦੀ ਇੱਕ ਡੈਲੀਗੇਸ਼ਨ ਨੂੰ ਅੱਜ ਈਵਨਿੰਗ 'ਚ ਵੀ ਟਾਈਮ ਦਿੱਤਾ ਹੋਇਆ, ਸੋ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਸਾਰਾ ਕੁਛ? ਨਹੀਂ ਦੇਖ ਲਓ, ਜਿਹੜੇ ਅੱਜ ਕਈ ਮੁਲਕਾਂ ਦੇ ਵਿੱਚੋਂ ਲੋਕ ਸਾਨੂੰ ਸਾਡੇ ਵੱਲ ਝਾਕ ਰਹੇ ਨੇ, ਸਿਰਫ ਜਪਾਨ ਹੀ ਨਹੀਂ, ਅੱਜ ਅੰਬੈਸਡਰ ਜਪਾਨ ਦਾ ਔਰ ਕੋਈ 20 ਉਹਨਾਂ ਦੇ ਜਿਹੜੇ ਨਵੇਂ ਇੰਡਸਟਰੀਅਲਿਸਟ ਗਰੁੱਪ ਨੇ ਜਿਹੜੇ ਪੰਜਾਬ 'ਚ ਆਉਣਾ ਚਾਹੁੰਦੇ ਨੇ, ਉਹ ਸ਼ਾਮ ਨੂੰ ਮਿਲ ਰਹੇ ਨੇ ਮੈਨੂੰ। ਔਰ ਇਸ ਤੋਂ ਇਲਾਵਾ ਹਿੰਦੁਸਤਾਨ ਦੀ ਜਿਹੜੀ ਵੱਡੀ ਵੱਡੀ ਕੰਪਨੀਜ਼ ਨੇ, ਉਹਨਾਂ ਨੂੰ ਮੈਂ ਬੰਬੇ ਮਿਲ ਕੇ ਆਇਆ ਸੀ, ਔਰ ਇੱਕ ਬੰਦੇ ਨੇ ਨਹੀਂ ਕਿਹਾ ਅਸੀਂ ਪੰਜਾਬ ਨਹੀਂ ਆਵਾਂਗੇ, ਸਾਰੇ ਤਿਆਰ ਨੇ ਆਉਣ ਨੂੰ। ਅਤੇ ਇਹੀ ਸਾਨੂੰ ਲੋੜ ਹੈ ਇਸ ਦੀ, ਕਿਉਂਕਿ 90 ਲੱਖ ਸਾਡੇ ਬੱਚੇ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ, ਔਰ ਅਸੀਂ ਨੌਕਰੀਆਂ ਉਹਨਾਂ ਨੂੰ ਜਲਦੀ ਦਿਵਾਉਣਾ ਚਾਹੁੰਦੇ ਹੋ, ਔਰ ਇਸ ਕਿਸਮ ਦੀ ਡਿਵੈਲਪਮੈਂਟ ਜੋ ਚੱਲ ਰਹੀ ਹੈ, ਅਗਰ ਇਹ ਪੂਰੇ ਪੰਜਾਬ ਪੱਧਰ ਦੇ ਵਿੱਚ ਇਹ ਹੋ ਜਾਏ ਤਾਂ ਆਹ ਸਮੱਸਿਆ ਸਾਡੀ ਦੂਰ ਹੋ ਜਾਊ। ਸੋ ਸਾਡੇ ਨਾਲ ਗੱਲਬਾਤ ਕਰਨ ਲਈ ਹੁਸ਼ਿਆਰਪੁਰ ਦੀ ਇਸ ਧਰਤੀ 'ਤੇ ਆ ਕੇ ਸੋਨਾਲੀਕਾ ਦੇ ਇਸ ਵਰਲਡ ਲੈਵਲ ਜਿਹੜਾ ਵਰਲਡ ਦਾ ਸਭ ਤੋਂ ਵੱਡਾ ਪਲਾਂਟ ਉਹਦਾ ਇਨੋਗਰੇਸ਼ਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਆਸ ਕਰਦੇ ਹਾਂ ਪੰਜਾਬ ਤਰੱਕੀ ਦੀ ਰਾਹ 'ਤੇ ਜਾਏਗਾ ਔਰ ਤੁਹਾਡੇ ਨੇਤਰਤਵ ਦੇ ਵਿੱਚ ਇਹ ਮੰਜ਼ਿਲ ਛੇਤੀ ਹਾਸਲ ਕਰਾਂਗੇ। ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ।